ਕੇਸ ਚੱਲ ਰਿਹਾ ਗੋਲਕ ਚੋਰ ਦੇ ਉੱਤੇ ਕਰਪਸ਼ਨ ਨੂੰ ਲੈ ਕੇ, ਉਸਦੇ ਵਿੱਚ 409, 468, 471 ਇਹ 3 ਧਾਰਾ ਜੁੜ ਚੁੱਕੀਆਂ ਨੇ। ਔਰ ਅਸੀਂ ਇਸਦੇ ਵਿੱਚ ਜਿਹੜੇ ਬਾਕੀ ਧਾਰਾ ਦੀ ਡਿਮਾਂਡ ਕਰ ਰਹੇ ਹਾਂ ਉਹ ਹੈਗੀਆਂ ਨੇ 120B ਕ੍ਰਿਮੀਨਲ ਕੰਸਪਰੈਂਸੀ, 51 ਬਲੈਕ ਮਨੀ ਐਕਟ ਸੈਕਸ਼ਨ 13 ਜੋ ਪ੍ਰੋਵਿਜ਼ਨ ਆਫ ਕਰਪਸ਼ਨ ਹੈਗੀ ਹੈ, 467 ਇਹ ਹਾਲੇ ਅਸੀਂ 4 ਸਾਡੀ ਡਿਮਾਂਡਸ ਹੋਰ ਨੇ। ਔਰ ਨਾਲ ਹੀ ਜਿਹੜੀ ਅਸੀਂ ਕ੍ਰਾਈਮ ਨੂੰ ਔਰ ਜਿਹੜੀ ਆਪਣਾ CBI ਜਾਂ ਇਨਕੁਆਇਰੀ ਟ੍ਰਾਂਸਫਰਸ ਹੈਗਾ ਉਹ ਅਸੀਂ ਜਲਦੀ ਹੀ ਕੋਰਟ ਹਾਈ ਕੋਰਟ ਮੂਵ ਕਰ ਰਹੇ ਹਾਂ ਉਸ ਵਾਸਤੇ। ਆਪਣੇ ਪਾਸ ਕਿਆ ਸਬੂਤ ਹੈ ਕਿ ਜੋ ਇਹ ਧਾਰਾਏ ਐਡ ਹੋਈ ਹੈ? ਦੇਖੋ, ਇਸ ਕੇ ਲਈ ਕੋਈ ਨਈ FIR ਨਹੀਂ ਹੋਤੀ, ਨਿਆ ਕੁਛ ਨਹੀਂ ਹੋਤਾ, ਇਹ ਪੁਲਿਸ ਕੀ ਡਾਇਰੀ ਮੇਂ ਲਿਖਾ ਜਾਤਾ ਹੈ। ਇਹ 3 ਸੈਕਸ਼ਨ ਮੈਂ ਐਜ ਏ ਕੰਪਲੇਨੈਂਟ ਮੈਂ ਇਹ ਕਹਿ ਸਕਤਾ ਹੂੰ ਕਿ ਮੈਂ ਕੰਸਰਨ ਅਫੀਸਰ ਸੇ ਇਸਕੋ ਵੈਰੀਫਿਕੇਸ਼ਨ ਮਤਲਬ ਵੈਰੀਫਾਈ ਕਰਨੇ ਕੇ ਬਾਅਦ ਇਸਕੀ ਸਟੇਟਮੈਂਟ ਦੇ ਰਹਾ ਹੂੰ। ਬਟ ਕੁਛ ਕਾਨੂੰਨੀ ਮਜਬੂਰੀ ਹੈ ਕਿ ਜਬ ਤੱਕ ਮੀਟਿੰਗ ਸਭੀ ਜੋ ਔਰ ਸੈਕਸ਼ਨ ਐਡ ਉਹਨੇ ਹੈ ਉਸਕੋ ਲੈ ਕੇ ਔਰ ਇਨਵੈਸਟੀਗੇਸ਼ਨ ਕੋ ਟ੍ਰਾਂਸਫਰ ਕੋ ਲੈ ਕੇ ਉਹਨਾਂ ਨੇ 2 ਹਫ਼ਤੇ ਕਾ ਟਾਈਮ ਮੰਗਾ, ਇਸ ਲਈ ਹਮਾਰੀ ਮਜਬੂਰੀ ਹੈ। ਉਨਕੀ ਵੀ ਮਜਬੂਰੀ ਹੈ ਕਿ ਉਹ ਉਸਕੋ ਅਭੀ ਕੋਰਟ ਮੇਂ ਸਟੇਟਸ ਰਿਪੋਰਟ ਮੇਂ ਏਕਦਮ ਜੋ ਮਤਲਬ ਮਾਨਨੀਏ ਕੋਰਟ ਨੇ ਜੋ ਜੁਆਇੰਟ CP ਸਾਹਿਬ ਕੋ ਔਰ ਮੋਨੀਟਰ ਕਰਨੇ ਕੇ ਲਈ ਕਮਿਸ਼ਨਰ ਸਾਹਿਬ ਕੋ ਕਹਾ ਤੋ ਜਬ ਤੱਕ ਉਹ ਉਸਕੀ ਫਾਈਨਲ ਰਿਪੋਰਟ ਨਾ ਦੇ, ਇਸ ਲਈ ਉਹਨਾਂ ਨੇ ਉਸਕੋ ਵੀ ਪੂਰਾ ਡਿਸਕਲੋਜ਼ ਨਹੀਂ ਕਰ ਪਾਏ। ਇਸ ਕੇਸ ਕੀ ਅਗਲੀ ਸੁਣਵਾਈ ਕਬ ਹੋਗੀ? ਕਿਸਕੀ? ਇਸ ਕੇਸ ਕੀ? 18 ਜੁਲਾਈ ਕੋ। 18 ਜੁਲਾਈ ਜੀ। ਥੋੜਾ ਮਾਮਲਾ ਬਤਾ ਦੀਜੀਏ, ਥੋੜਾ ਬ੍ਰੀਫ। ਥੋੜਾ ਮਾਮਲਾ ਕੀ ਹੈ? ਮਾਮਲਾ ਇਹ 3 ਅਲੱਗ ਅਲੱਗ ਤਰ੍ਹਾਂ ਕੀ ਕਰਪਸ਼ਨ ਗੁਰੂ ਕੀ ਗੋਲਕ ਕੇ ਸਾਥ ਹੋਈ ਸੀ। ਪਹਿਲਾ ਜੋ 1 ਲੱਖ ਰੁਪਏ ਕੈਨੇਡੀਅਨ ਡਾਲਰ ਆਇਆ ਤਾਂ ਉਸਕੋ ਲੈ ਕੇ, ਦੂਸਰਾ ਜੋ 80,000 ਬੁਕਸ ਛਪਵਾਈ ਨਹੀਂ ਲੇਕਿਨ ਉਸਕਾ ਬਿੱਲ ਡਾਲ ਕੇ ਦੀਏ ਗਏ, ਦੂਸਰਾ ਮਨਜੀਤ ਸਿੰਘ GK ਕੀ ਜੋ ਬੇਟੀ ਔਰ ਦਮਾਦ ਹੈ ਉਨਕੀ ਕੰਪਨੀ ਹੈ ਰੈਨਬੀ ਕਲੋਥਿੰਗ ਪ੍ਰਾਈਵੇਟ ਲਿਮਿਟਡ, ਉਹ ਪਿਛਲੇ 3 ਸਾਲ ਸੇ ਬੰਦ ਥੀ, ਉਸਕੇ ਉੱਪਰ ਨਕਲੀ ਬਿੱਲ ਡਾਲਕਰ ਨਕਲੀ ਉਸਕੋ ਮਤਲਬ ਢੰਗ ਸੇ ਸਾਰੇ ਬਿੱਲੋਂ ਕੋ ਪਾਸ ਕਰਕੇ ਉਸਕੀ ਪੇਮੈਂਟਸ ਕੀ ਗਈ। ਇਹ 3 ਤਰ੍ਹਾਂ ਕੇ ਮਾਮਲੇ ਥੇ। ਇਨ ਤੀਨੋਂ ਤਰ੍ਹਾਂ ਕੇ ਮਾਮਲੇ ਮੇਂ ਕੋਰਟ ਮੇਂ ਕਲੋਜ਼ਰ ਰਿਪੋਰਟ ਫਾਈਲ ਕੀ ਗਈ ਥੀ, ਲੇਕਿਨ ਜੋ ਹਮਾਰੇ ਪ੍ਰੂਫ ਔਰ ਜੋ ਡਾਕੂਮੈਂਟ ਸੀਜ ਕਰਕੇ ਆਪਣਾ IO ਗੁਰਦੁਆਰਾ ਕਮੇਟੀ ਸੇ ਲੈ ਕੇ ਆਇਆ ਥਾ, ਉਹ ਸਾਰੇ ਡਾਕੂਮੈਂਟਸ ਹੀ ਬੋਲ ਰਹੇ ਥੇ ਕਿ ਫੋਰਜਰੀ ਹੋਈ ਹੈ, ਚੀਟਿੰਗ ਹੋਈ ਹੈ, ਗੁਰੂ ਕੀ ਗੋਲਕ ਕੀ ਚੋਰੀ ਹੋਈ ਹੈ, ਡਕੈਤੀ ਹੋਈ ਹੈ। ਤੋ ਮਾਨਨੀਏ ਕੋਰਟ ਸਾਹਿਬ ਨੇ ਆਪਣਾ ਕੋਰਟ ਨੇ ਉਨ ਸਾਰੀ ਬਾਤੋਂ ਕੋ ਦੇਖਤੇ ਉਸ ਕਲੋਜ਼ਰ ਰਿਪੋਰਟ ਕੋ ਆਪਣਾ ਡਿਸਮਿਸ ਕੀਆ ਥਾ ਔਰ ਕੇਸ ਕੋ ਦੁਬਾਰਾ ਚਲਾਨੇ ਕੇ ਲੀਏ ਪੁਲਿਸ ਕਮਿਸ਼ਨਰ ਕੋ ਮੋਨੀਟਰ ਕੀਆ ਕਰਨੇ ਕੇ ਲਈ ਕਹਾ ਥਾ ਔਰ ਜੁਆਇੰਟ CP ਕੋ ਹਰ 15 ਦਿਨ ਮੇਂ ਰਿਪੋਰਟ ਕੋ ਆਪਣਾ ਕੋਰਟ ਮੇਂ ਫਾਈਲ ਕਰਨੇ ਕੇ ਲਈ ਕਹਾ। ਸ਼ੰਟੀ ਜੀ, ਆਪਨੇ ਬਤਾਇਆ ਕਿ 2 ਕੇਸ ਡਿਸਮਿਸ ਹੋ ਗਏ ਹਨ ਜੀ ਜੀ, ਤੋ ਅਬ ਆਪਕਾ ਕਿਆ ਕਦਮ ਹੋਗਾ? ਜਿਨ੍ਹਾਂ ਆਪਕੀ ਇਮੇਜ ਖਰਾਬ ਕਰਨੇ ਦੀ ਕੋਸ਼ਿਸ਼ ਕੀ ਉਨਕੇ ਅਬ ਉਨਕੇ ਉਪਰ ਹਮ ਡਿਫੇਮੇਸ਼ਨ ਐਕਟ ਡਿਫੇਮੇਸ਼ਨ ਕੇ ਹਿਸਾਬ ਸੇ ਆਪਣਾ ਉਨਕੋ ਮਾਨਾਨੇ ਕਾ ਦਾਵਾ ਕਰਨੇ ਕੇ ਲਈ ਆਪਣੀ ਪਲਾਨਿੰਗ ਕਰ ਰਹੇ ਹਨ ਔਰ ਜਿਨ੍ਹਾਂ ਨੇ ਵੀ ਇਹ ਕੇਸ ਕੀਆ ਥਾ ਜਾਂ ਜੋ ਵੀ ਇਸ ਤਰ੍ਹਾਂ ਕੀ ਸਟੇਟਮੈਂਟਸ ਵੀ ਦੇਤੇ ਹਨ ਹਮ ਉਨਕੇ ਉਪਰ ਮਾਨਾਨੇ ਕਾ ਦਾਵਾ ਕਰਕੇ ਉਨਕੋ ਜਲਦੀ ਨੋਟਿਸ ਭੇਜੇਂਗੇ। ਮਨਜੀਤ ਸਿੰਘ GK ਗਰੁੱਪ ਦਾ ਕਹਿਣਾ ਕਿ ਵੀ ਗੁਰਮੀਤ ਸਿੰਘ ਸੰਟੀ ਨੇ ਯਾਰੀ ਨਿਭਾਈ ਹੈ ਸਿਰਸਾ ਨਾਲ ਤੇ ਤਾਂ ਸਿਰਸਾ ਨੇ ਸਬਜੀ ਘਟਾ ਲਏ ਤੇ ਉਹਨਾਂ ਨੂੰ ਬਰੀ ਕਰਵਾਇਆ। ਤੇ ਜਿਹੜਾ 6 ਸਾਲ ਦਾ ਯਾਰ ਤੇ ਉਹਨਾਂ ਦੇ ਸੀ, ਪਾਰਟੀ ਵੀ ਉਹਨਾਂ ਦੇ ਸੀ, ਸਭ ਕੁਝ ਸੀ, ਮੇਰੇ ਨਾਲ ਇੱਕਦਮ ਯਾਰੀ ਕਿਦਾਂ ਪੈ ਗਈ? ਜਦੋਂ ਮਨਜਿੰਦਰ ਸਿੰਘ ਸਿਰਸਾ ਦੇ ਖਿਲਾਫ ਮੈਂ ਨਾਰਥ ਐਵਨਿਊ ਥਾਣੇ ਦੇ ਵਿੱਚ ਕੰਪਲੇਂਟ ਕੀਤੀ, ਮੇਰੇ ਕੋਲ ਕਾਪੀ ਹੈ ਮਨਜਿੰਦਰ ਸਿੰਘ ਸਿਰਸਾ ਰਮੀਤ ਸਿੰਘ ਕਾਲਕਾ ਦੇ ਖਿਲਾਫ ਕਿ ਇਹ ਬਚਾ ਰਹੇ ਨੇ ਉਹਨੂੰ ਔਰ ਸਬੂਤਾਂ ਨੂੰ ਜਿਹੜਾ ਟੈਂਪਰ ਕਰ ਰਹੇ ਨੇ। ਅੱਜ ਤੱਕ ਤਾਂ ਅਕਾਲੀ ਪਾਰਟੀ ਬਚਾਉਂਦੀ ਆਈ, ਮੈਂ ਇੱਕ ਤਾਂ ਕਹਿ ਸਕਦਾ ਮੇਰੀ ਯਾਰੀ ਕਿਦਾਂ ਹੋ ਗਈ? ਹਾਂ, ਤੇਰੀ ਯਾਰੀ ਟੁੱਟ ਗਈ ਵੱਖਰੀ ਗੱਲ ਹੈ ਕਿ ਤੂੰ ਉਹਦੇ ਪਰਦੇ ਖੋਲ ਰਿਹਾ, ਤੂੰ ਉਹ ਤੇਰੇ ਖੋਲਣ ਦਾ ਇਹਦਾ ਮਤਲਬ ਹੈ ਕਿ ਯਾਰੀ ਮੇਰੇ ਨਾਲ ਪੈ ਗਈ। ਅੱਗੇ ਹੋਰ ਕੋਈ ਫਰੰਟ ਬਣਾਉਣ ਦਾ ਤੁਹਾਡਾ ਇਰਾਦਾ ਹੈ? ਮੇਰਾ ਕਿਸੇ ਤਰ੍ਹਾਂ ਦਾ ਕੋਈ ਫਰੰਟ ਬਣਾਉਣ ਦਾ ਐਸਾ ਕੋਈ ਇਰਾਦਾ ਨਹੀਂ ਹੈ। ਗੁਰੂ ਦੀ ਸੇਵਾ ਸੰਗਤ ਨੇ ਜਿਸ ਰੂਪ ਵਿੱਚ ਬਖਸ਼ੀ ਉਸ ਰੂਪ ਵਿੱਚ ਅੱਗੇ ਉਹਨੂੰ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਗੁਰੂ ਮਹਾਰਾਜ ਕਿਰਪਾ ਕਰੇਗੀ, ਹਮੇਸ਼ਾ ਸੱਚ ਦੀ ਲੜਾਈ ਇਸੇ ਤਰ੍ਹਾਂ ਲੜਦੇ ਰਹੀਏ। ਮਨਜਿੰਦਰ ਸਿੰਘ ਸਿਰਸਾ ਦੇ ਵੀ ਕਈ ਦੋਸ਼ ਲੱਗ ਰਹੇ ਨੇ। ਕੋਈ ਮਨਜਿੰਦਰ ਸਿੰਘ ਸਿਰਸਾ ਹੋਵੇ, ਹਰਮੀਤ ਸਿੰਘ ਕਾਲਕਾ ਹੋਵੇ, ਕੋਈ ਹੋਵੇ, ਜਿਸ ਤਰ੍ਹਾਂ ਦੇ ਡਾਕੂਮੈਂਟਸ ਨੂੰ ਲੈ ਕੇ ਮੈਂ ਕੋਰਟ ਦੇ ਵਿੱਚ ਗਿਆ ਵਾਂ ਔਰ ਅੱਜ ਪ੍ਰੂਫ ਕਰਕੇ ਦਿਖਾਇਆ, ਆਪਣੀ ਬੇਇੱਜ਼ਤੀ ਨਾ ਹੋਵੇ ਮੇਰੀ, ਗੁਰੂ ਦੀ ਸੰਗਤ ਅੱਗੇ ਮੇਰੀ ਮੈਨੂੰ ਨਮੋਸ਼ੀ ਦਾ ਸਾਹਮਣਾ ਨਾ ਕਰਨਾ ਪਏ, ਲਿਆ ਕੇ ਦਿਓ ਜਾਂ ਕੋਈ ਵੀ ਪੇਪਰ, ਮਨਜਿੰਦਰ ਸਿੰਘ ਸਿਰਸਾ ਹੋਵੇ, ਜਿਹੜਾ ਮਰਜ਼ੀ ਹੋਵੇ, ਮੈਂ ਜਾਵਾਂਗਾ ਇਸੇ ਢੰਗ ਨਾਲ ਕੋਰਟ ਔਰ ਇਸ ਤੋਂ ਵੱਧ ਜੋਸ਼ ਨਾਲ ਜਾਵਾਂਗਾ।
ਜਿਹੜਾ ਤੁਹਾਡੇ ਉੱਤੇ ਕੇਸ ਪਾਇਆ ਸੀਗਾ ਸਬਜ਼ੀਆਂ ਦਾ, ਉਹਦਾ ਕੀ ਅਪਡੇਟ ਹੈ? ਉਹ ਦੋਨੋਂ ਜਿਹੜੇ ਕੇਸ ਉਹਨਾਂ ਨੇ ਪਾਏ ਸੀ ਕੋਰਟ ਨੇ, ਮਾਨਣੀ ਕੋਰਟ ਨੇ ਕੱਲ੍ਹ ਡਿਸਮਿਸ ਕਰ ਦਿੱਤੇ ਨੇ। ਉਹਦੇ 'ਚ ਉਹਨਾਂ ਨੇ ਫੋਰਜਰੀ ਕਿਉਂ ਦੀ ਉਹਦੀ ਪਰਿਭਾਸ਼ਾ ਸਮਝਾਈ ਹੈ, ਔਰ ਜਿਹੜਾ ਵੈਂਡਰ ਹੈ ਉਸਨੇ ਜਿਹੜੀ ਸਟੇਟਮੈਂਟ ਦਿੱਤੀ ਕਿ ਮੈਂ ਪਿਛਲੇ 30 ਸਾਲ ਤੋਂ ਕਿਸ ਤਰ੍ਹਾਂ ਸਬਜ਼ੀ ਸਪਲਾਈ ਕਰ ਰਿਹਾ ਸੀ। ਸਾਰੇ ਫੈਕਟਸ ਨੂੰ ਔਰ ਸਾਰੇ ਪ੍ਰੋਸੀਜਰ ਨੂੰ ਸਮਝਣ ਤੋਂ ਬਾਅਦ ਕੋਰਟ ਨੇ ਦੋਨੋਂ ਕੇਸ ਉਹ ਡਿਸਮਿਸ ਕਰ ਦਿੱਤੇ ਨੇ। ਸੰਡੀ ਜੀ, ਜਿਸ ਤਰੀਕੇ ਸੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਮੇਂ ਆਰੋਪ ਪ੍ਰਤਿਆਰੋਪ ਕੀ ਰਾਜਨੀਤੀ ਹੋ ਰਹੀ ਹੈ, ਔਰ ਜੋ ਘੋਟਾਲੋ ਕੇ ਆਰੋਪ ਵੀ ਲੱਗ ਰਹੇ ਹੈ, ਕਿਆ ਇਸਕੋ ਲੇਕਰ ਆਪ ਅਕਾਲ ਤਖਤ ਸੇ ਇਸਕੀ ਸ਼ਿਕਾਇਤ ਕਰ ਰਹੇ ਹੈ ਕਿਆ? ਮੈਂ ਬਿਲਕੁਲ ਇਸਕੋ ਲੇਕਰ ਜੋ ਸਾਰੇ ਫੈਕਟਸ ਸਭ ਨਏ ਆਜ ਤੱਕ ਸਾਹਮਣੇ ਆਏ ਔਰ ਜੋ ਕੋਰਟ ਕੇ ਡਿਸੀਜਨ ਸਾਹਮਣੇ ਆਏ, ਇਨ ਸਭ ਕੋ ਲੇਕਰ ਪਰਸਨਲੀ ਜਾ ਕੇ ਅਕਾਲ ਤਖਤ ਕੇ ਜਥੇਦਾਰ ਸਾਹਿਬਾਨ ਕੋ ਮਿਲੂੰਗਾ ਵੀ, ਔਰ ਉਨਕੋ ਜੋ ਹਾਲਾਤ ਹੈ ਉਨਕੀ ਮਤਲਬ ਸਿੱਖ ਕੌਮ ਮੇਂ ਕਿਸ ਤਰ੍ਹਾਂ ਸੇ ਉਸਕੋ ਕਿਆ ਪ੍ਰਭਾਵ ਪੜ ਰਹਾ ਹੈ, ਔਰ ਆਨੇ ਵਾਲੇ ਸਮੇਂ ਮੇਂ ਯੇ ਆਗੇ ਗੁਰਦੁਆਰਾ ਕਮੇਟੀ ਕਿਸ ਤਰ੍ਹਾਂ ਸੇ ਇਸ ਕਰਪਸ਼ਨ ਕੋ ਕੈਸੇ ਰੋਕ ਪਾਏਗੀ ਜਾਂ ਨਹੀਂ ਰੋਕ ਪਾਏਗੀ, ਉਨਸੇ ਚਰਚਾ ਵੀ ਕਰੂੰਗਾ, ਔਰ ਆਪਣੀ ਤਰਫ ਸੇ ਜੋ ਵੀ ਮੁਝੇ ਠੀਕ ਲੱਗਤਾ ਉਨਕੋ ਪੇਪਰਸ ਵਗੈਰਾ ਵੀ ਦੇ ਕੇ ਆਊਂਗਾ।